ਮੈਂ ਕਿਹਾ ਡੈਡੀ ਜੀ, ਡੈਡੀ ਕਹਿੰਦੇ ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਮਾਈ ਨਿਊ ਬਲੌਗ। ਅਤੇ ਅੱਜ ਦੁੱਖ ਭਰਿਆ ਜਿਹਾ ਬਲੌਗ ਆ, ਸੈਡ ਜਿਹਾ ਮੂਮੈਂਟ ਬਲੌਗ ਆ, ਕਿਉਂਕਿ ਰਾਤੀ ਥੋੜ੍ਹੀ ਜਿਹੀ ਪਰੇਸ਼ਾਨੀ ਹੋ ਗਈ। ਸੈਰ ਦੇ ਰਿਲੇਟਿਡ ਬਲੌਗ ਆ ਅੱਜ, ਅਤੇ ਥੋੜ੍ਹੀ ਜਿਹੀ ਟੈਨਸ਼ਨ ਵਾਲੀ ਗੱਲ ਹੋ ਗਈ। ਰਾਤੀ ਸੈਰ 'ਚ ਡਿੱਗ ਪਈ ਅਤੇ ਉਹਦੇ ਸੱਟ ਬਹੁਤ ਜ਼ਿਆਦਾ ਲੱਗ ਗਈ ਹੈ, ਤੁਹਾਨੂੰ ਦਿਖਾਉਂਗੀ ਮੈਂ। ਅਤੇ ਖੂਨ ਵੀ ਨਿਕਲਿਆ, ਅਤੇ ਦਿਖਾਉਂਦੇ ਹਾਂ ਤੁਹਾਨੂੰ ਸੈਜੂ ਨੂੰ ਵੀ। ਦੇਖੋ ਏ ਬੱਬੂ ਜੀ ਨੇ ਕੀ ਲਾਇਆ ਆਹ ਗੱਲੂ। ਓਏ ਬੱਬੂ, ਆਹ ਮੱਖੀ ਆ ਗਈ, ਆ ਗਈ ਮੱਖੀ, 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 ਆ ਰਹੀ ਕਰਦੀ ਕਾਏ ਆਈ ਬਿੱਲੀ, ਆਈ ਬਿੱਲੀ, ਬਿੱਲੀ ਬਿੱਲੀ, ਇਹ ਲੜਕੀ 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 ਲੜਕੀ, ਆਈ ਬਿੱਲੀ, ਆਈ ਬਿੱਲੀ, ਇਹ ਲੜਕੀ ਲੜਕੀ ਲੜਕੀ। ਸਾਡੀ ਜੈਸੀਕਾ ਲੰਮੀ ਪਈ ਆ, ਨਾ ਦੇਖੋ ਮੈਂ ਕਿਹਾ ਡੈਡੀ ਜੀ, ਡੈਡੀ ਕਹਿੰਦੇ ਹੈਲੋ ਜੀ। ਆਹ ਦੇਖੋ ਸਾਡੀ ਸੈਜੂ ਰਾਣੀ, ਸੈਜੂ ਹੈਲੋ ਕਰਦੇ, ਸੈਜੂ ਮੂੰਹ ਨਹੀਂ ਦਿਖਾਉਂਦੀ ਆਪਣਾ, ਦਿਖਾ ਮੂੰਹ, ਦਿਖਾ। ਬਰਫੀ ਬਰਫੀ ਖਾਂਦੀ ਆ ਤਾਂ ਇਹ ਫੜਾ ਇੱਧਰ, ਕਿੱਥੋਂ ਲਈ ਇਹ ਮੂੰਹ, ਦਿਖਾ ਸੱਟ ਦਿਖਾ ਦੇ ਕਿੱਥੇ ਲੱਗੀ। ਸੈਜੂ ਬਰਫੀ ਲੈ ਕੇ ਆਈ ਆ, ਦੇਖੋ ਬਰਫੀ, ਇਹ ਬੜੀ ਸਵਾਲ ਆ। ਨਾ ਦੇਖੋ ਜੀ, ਫੈਦੂ ਦੇ ਮੂੰਹ ਸੁੱਜ ਗਿਆ ਆ, ਸੱਟ ਲੱਗ ਗਈ ਆ, ਬੜੀ ਡਿੱਗੀ ਜ਼ੋਰ ਨਾਲ ਇਹਦੀ, ਜਿਹੜੀ ਨੱਕ ਦੀ ਉਹ ਸੀ ਕੀ ਹੁੰਦਾ, ਨਸੀਰ ਫੁੱਟ ਗਈ ਸੀ। ਇਹ ਬਰਫੀ ਦੀ ਫਿਲਮ ਥੋੜ੍ਹੀ ਜਿਹੀ ਤੇਰੀ ਟੁਕੜੀ ਲੈਣੀ ਆਈ ਬਰਫੀ ਦੀਆਂ, ਤਿੰਨ ਚਾਰ ਦਿੱਤੀਆਂ ਨੀ ਤੁਸੀਂ ਗਿਣ ਕੇ ਤਾਂ ਲਿਆ ਨੀ, ਪੰਜ ਇੱਕ ਇੱਕ ਤਾਂ ਆ ਜਾਂਦੀ ਸਾਰਿਆਂ ਨੂੰ। ਤੀਆਂ ਦੀ ਲਿਆਂਦੀ ਆ, ਤੀਆਂ ਦੀ ਸੱਠਾਂ ਦੀ ਲਿਆਂਦੇ, ਉਹ ਸਵਾਦ ਹੀ ਬੜੀ ਲੱਗੀ ਆ, ਤਾਂ ਘਰ ਬਣਾ ਲਾਂਗੇ, ਨਹੀਂ ਤਾਂ ਮੈਨੂੰ ਬਰਫੀ ਪਸੰਦ ਨਹੀਂ, ਸਵਾਦ ਬੜੀ ਲੱਗੀ। ਆਹ ਦੇ ਲਓ, ਚਲੋ ਫੜਾ ਕੇ ਨਹੀਂ ਆਪਣਾ, ਆਹ ਦੇਖੋ ਸ਼ਾਇਦ ਲੈ ਆਵਾਂ ਹੱਥ ਫੜ ਲਾ ਸਾਰ, ਕਿੱਥੋਂ ਡਿੱਗੀ ਦੱਸ ਦੇ ਆ ਸਾਰਿਆਂ ਨੂੰ, ਦੱਸ ਕਿੱਥੋਂ ਡਿੱਗੀ, ਕਿੱਦਾਂ ਡਿੱਗੀ, ਸਾਈਕਲ ਲਾ ਕੇ ਸੱਟ, ਬਾਹਰ ਨਾਲੀ ਚ, ਬਾਹਰ ਨਾਲੀ ਚ, ਆਇਆ ਦੱਸ ਕਿੱਥੋਂ ਡਿੱਗੀ, ਕਿੱਦਾਂ ਡਿੱਗੀ। ਸ਼ਾਇਦ ਦੱਸੋ ਕਿ ਹੁਣ ਤੁਹਾਨੂੰ ਕਿੱਥੋਂ ਡਿੱਗੀ ਤੇ ਕਿੱਦਾਂ ਡਿੱਗੀ, ਤੇ ਖੂਨ ਵੀ ਤੁਹਾਨੂੰ ਦਿਖਾਉਣੇ ਆ ਕਿੱਥੋਂ ਡਿੱਗੀ, ਖੂਨ ਇਹਦਾ ਕਿੱਦਾਂ ਵਗਿਆ। ਚੱਲ ਸਾਹ ਦਿਖਾ, ਸਾਧੂ ਲੈ ਕੇ ਚੱਲੀ ਆ ਕਿੱਥੋਂ ਡਿੱਗੀ, ਸੈਦੂ ਇੱਥੋਂ ਦੌੜੀ ਗਈ ਆਪਣੇ ਭਰਾ ਨਾਲ ਬਾਹਰ ਗਈ, ਤੇ ਇੱਥੋਂ ਇਹਦਾ ਪੈਰ ਫਸਿਆ, ਕੀ ਹੋਇਆ, ਹਾਂ ਇੱਦਾਂ ਡਿੱਗੀ, ਫੇਰ ਇੱਥੇ ਖੂਨ ਸੀ ਬਹੁਤ ਡਿੱਗਿਆ, ਨਸੀਰ ਫੁੱਟ ਗਈ ਸੀ ਇਹਦੀ, ਇੱਥੋਂ ਧੋਤਾ ਸੀ, ਇੱਥੇ ਦਾ ਖੂਨ ਬੜਾ ਵਗ ਗਿਆ, ਵਿਚਾਰੀ ਡਿੱਗੀ ਬੜੀ ਜ਼ੋਰ ਨਾਲ, ਤੇ ਰਾਤੀ ਰੋਈ ਬੜਾ ਇਹ, ਹਨਾ। ਇਹ ਉੱਥੇ ਖੜੇ ਸੀ, ਮੈਂ ਉਹਨਾਂ ਨੂੰ ਬਾਜ ਮਾਰੀ, ਮੈਂ ਕਿਹਾ ਤੜ ਤੋਂ ਨਿਆਣੇ ਨਹੀਂ ਸਾਂਭਦੇ, ਆ ਗਏ ਕਹਿੰਦੇ। ਮੈਂ ਬਣਾਉਂਦੀ ਸੀ ਰੋਟੀਆਂ, ਤੁਹਾਨੂੰ ਸਾਰਾ ਮਸੀਜ ਦੱਸਦੀ ਹਾਂ, ਮੈਂ ਇੱਥੇ ਬੈਠੀ ਰੋਟੀਆਂ ਬਣਾਉਂਦੀ ਸੀ, ਅਤੇ ਇਹ ਨੱਠੇ ਨੱਠੇ ਆਏ, ਫਿਰ ਇੱਥੇ ਵੀ ਖੂਨ ਡਿੱਗਿਆ ਸੀ, ਫਿਰ ਮੂੰਹ ਧੋਤਾ ਇਹਦਾ ਪਾਣੀ ਨਾਲ, ਮੈਂ ਚਾਹ ਬਣਾ ਕੇ ਦੋ, ਡੈਡੀ ਕਹਿੰਦੇ ਤੁਹਾਨੂੰ ਬਣਾ ਕੇ ਦੇਣੀ ਚਾਹੀਦੀ, ਨਾਸਾ ਪੂੰਜੋ ਹੁਣ, ਦਵਾਈ ਬਚਾਰੀ ਨੂੰ ਲਿਆ ਕੇ ਦਿੱਤੀ ਨਾ, ਹੁਣ ਕਿੱਥੋਂ ਮੁਫ਼ਤ
ਹਾਂ ਸਾਧੂ ਰੈਸਟਾਂ ਤੇ ਆ ਬਾਈ, ਸਾਧੂ ਨਾਲ ਤਾਂ ਮਾੜੀ ਹੋਈ ਆ। ਸਾਧੂ ਨੂੰ ਬਰਫੀ ਲਿਆ ਦਿੱਤੀ, ਉਹਨੂੰ ਪਸੰਦ ਆ ਨਾ। ਮਹਿੰਗੀ ਆ ਜਸਲੀਨ ਸਾਡੀ ਜਿਹੜੀ, ਉਹਦੀ ਸਿਹਤ ਖਰਾਬ ਹੋ ਗਈ ਆ। ਤੇਰੇ ਪਾਪਾ ਹੁਣ ਉਹਨੂੰ ਨਾਸਾ ਸਾ ਕਰਨ ਦੇ। ਤਾਂ ਇਹਦਾ ਕੀ ਉਹਨਾਂ ਨੇ ਵੇਟ ਚੈੱਕ ਕੀਤਾ? ਕੀ ਕੀਤਾ? ਤਸਲੀਨ ਸਾਡੀ ਸੋ ਗਈ ਆ। ਤਸਲੀਨ ਸੁੱਤੀ, ਉਹ ਸਾਜੂ ਸੋ ਗਈ। ਸਾਜੂ ਠੀਕ ਨਹੀਂ, ਅੱਜ ਸੋ ਗਈ ਆ, ਉੱਧਰ ਬੈਠੇ ਆ। ਮੈਂ ਖਾਊਂਗੀ ਸੀਰਨੀ, ਨਾਲ ਖਾਊਂਗੀ ਸੀਰਨੀ ਅਤੇ ਨਾਲ ਖਾਊਂਗੀ ਪੀਊਂਗੀ ਚਾਹ। ਦੋਨੇ ਜਣੇ ਸੌ ਗਈਆਂ, ਮੈਂ ਹੁਣ ਵਿਹਲੀ ਹਾਂ। ਮੈਂ ਦੇਖਾਂਗੀ ਫੋਨ ਆਂਟੀ ਹੁਣੀ ਆਏ ਆ, ਕਹਿੰਦੇ ਮੁੰਡਾ ਕਹਿੰਦਾ ਕਿ ਹੋਇਆ ਆਈ ਆ, ਸਾਡੇ ਤਾਂ ਕੁੜੀ ਹੋਈ ਆ। ਫਿਰ ਜੇ ਕੋਈ ਲੈਣ ਆਵੇ ਤਾਂ ਆਪਾਂ ਦੇ ਦਈਦੇ ਪੈਸੇ, ਹੈ ਨਾ। ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ। ਜਿੱਦਾਂ ਫਿਰ ਸਹਿਸ ਹੋ ਗਈ ਹੁਣ, ਸਹਿਦ ਵੀ ਸੌ ਗਈ ਆ, ਜਸਲੀਨ ਵੀ ਸੌ ਗਈ ਆ। ਅਸੀਂ ਉੱਧਰ ਸਹਿਦ ਦਾਦੀ ਅਤੇ ਦਾਦੂ ਨਾਲ ਉੱਧਰ ਲੰਮੀਆਂ ਪਈਆਂ ਆ, ਆਪਾਂ ਇੱਧਰ ਲੰਮੇ ਪੈ ਗਏ ਕਿਉਂਕਿ ਉੱਧਰ ਲੰਮੇ ਨਹੀਂ ਪਿਆ ਹੋਇਆ ਅਤੇ ਧੁੱਪ ਬੜੀ ਆ ਬਾਹਰ। ਮੀਂਹ ਕਿੱਥੇ, ਧੁੱਪ ਆ, ਆਪਾਂ ਵੀ ਕਣਕ ਵੱਢ ਲਈ। ਕੰਮ ਵੀ ਬੜੇ ਠੰਡੇ ਪਏ ਆ, ਕਿਤੇ ਕੰਮ ਕਾਰ ਚੱਲਣ ਨਹੀਂ ਦੇ, ਠੰਡਾ ਕੰਮ ਪਿਆ ਆ, ਮਤਲਬ ਕਿ ਬਹੁਤ ਜ਼ਿਆਦਾ। ਕਿਉਂਕਿ ਹੁਣ ਸੀਜ਼ਨ ਮਤਲਬ ਕਿ ਵਾਢੀਆਂ ਦਾ, ਸਾਰੇ ਵਾਢੀਆਂ ਕਰਨ ਦੇ ਆ ਅਤੇ ਇਸ ਕਰਕੇ ਕੰਮ ਕਾਰ ਠੰਡੇ ਪਏ ਆ ਸਾਰਿਆਂ ਦੇ। ਸਾਡੇ ਉਹਦਾ ਘਰ ਮੋਹਰੇ ਕਣਕ ਹੈਗੀ ਆ, ਦਿਲ ਕਰਦਾ ਵੱਢ ਲਈਏ ਐਤਕੀ। ਕਣਕ ਵੱਢ ਲਈ ਆਪਾਂ ਐਤਕੀ, ਸਾਹਮਣੇ ਆ ਨਾਲੇ, ਹਨਾ। ਲੈ ਉੱਠ ਗਈ ਆ ਐਤਕੀ, ਮੈਂ ਕਹਿੰਦੀ ਵਾਢੀ ਕਰ ਲੈ, ਨਾਲੇ ਸਾਡੇ ਲਾਗੇ ਆ, ਸਾਹਮਣੇ ਘਰ ਆ, ਨਾਲ ਨਾ ਇੱਥੇ ਰੋਟੀ ਪਾਣੀ ਖਾਧਾ। ਸੱਟ ਲੱਗ ਗਈ ਆ, ਇੱਦਾਂ ਕਰਿਆ ਕਰਾਂਗੇ ਨਾ, ਸਵੇਰ ਨੂੰ ਤੜਕੇ ਉੱਠ ਕੇ ਵੱਢ ਲਈ, ਦੁਪਹਿਰ ਨੂੰ ਆ ਕੇ ਸੌਂਗੇ, ਠੇਕਾ ਲੈ ਲਾਂਗੇ ਤੇ ਸ਼ਾਮਾਂ ਨੂੰ ਫੇਰ ਵੱਡਾ ਲਾਪੇ। ਕੰਮ ਕਰ ਤਾਂ ਵੀ ਕੋਈ ਕਰਨਾ ਹੀ ਪੈਣਾ ਆ ਇਸ ਕਰਕੇ, ਕਿਉਂਕਿ ਹੁਣ ਜਿਹੜੇ ਉਹ ਆਟਾ, ਜਿਹੜੇ ਕਣਕ ਆ ਬਹੁਤ ਮਹਿੰਗੀ ਹੋਈ ਆ, ਆਟਾ ਵੀ ਸਾਨੂੰ ਮੁੱਲ ਦਾ ਹੀ ਲੈਣਾ ਪੈਂਦਾ, ਥੈਲੀਆਂ ਲੈਣੀਆਂ ਪੈਂਦੀਆਂ ਆ। ਇਸ ਕਰਕੇ ਸੋਚਿਆ ਆ ਕਿ ਚਲੋ ਕਣਕ ਵੱਢ ਲਾਂਗੇ, ਨਿਆਣਿਆਂ ਦੁਪਹਿਰ ਨੂੰ ਸੋ ਜਾਇਆ ਕਰਨਾ ਆ ਅਤੇ ਸਵੇਰ ਨੂੰ ਸੁੱਤੇ ਹੋਇਆ ਕਰਨਾ, ਜਿਸ ਲਈ ਆਪਾਂ ਉੱਠ ਜਾਇਆ ਕਰਨਾ ਆ, ਸਾਡਾ ਟਾਈਮ ਇੱਦਾਂ ਲੰਘ ਜਾਣਾ ਆ। ਤੁਸੀਂ ਪਤਾ ਕੀ ਕਰਿਓ, ਮੈਂ ਵੱਢੀ ਜਾਊਂਗੀ, ਤੁਸੀਂ ਭਰੀਆਂ ਪਾਈ ਜਾਇਓ, ਕਿਉਂਕਿ ਤੁਹਾਡੀ ਬਾਂਹ ਦੁਖਦੀ ਆ ਨਾ, ਹੈ ਨਾ।
ਹੁਣ ਅੰਦਰਾਂ ਚ ਫਿਰ ਇਹਦੇ ਤਾਂ ਵੀ ਰੰਗ ਕਾਲੇ ਆ, ਉਦੋਂ ਦੇਖ ਲਓ ਵਾਢੀ ਵੱਢਦੇ ਆਂਦੇ ਵੀ ਸਾਰੇ ਰੰਗ ਚਿੱਟੇ ਹੁੰਦੇ ਸੀ। ਮੰਮੀ ਦਾ ਰੰਗ ਦੇਖੋ ਜਿੰਨਾ ਚਿੱਟਾ, ਮੰਮੀ ਕਹਿੰਦੀ ਮੈਂ ਬੜੀ ਵਾਢੀ ਕੀਤੀ, ਸਾਡੇ ਅੰਦਰਾਂ ਰਹਿ ਰਹਿ ਕੇ ਵੀ ਕਾਲੇ ਆ ਸਵਾਹ ਮੇਰੇ ਰੰਗ। ਐਰਕੀ ਦੋਸਤੋ ਸਲਾਹ ਤਾਂ ਕੀਤੀ ਆ, ਵੱਢ ਲਈਏ ਕਣਕ, ਕਿਉਂਕਿ ਸਾਡੇ ਇੱਥੇ ਕਰਪੈਨ ਤਾਂ ਆਉਣੀ ਨਹੀਂ, ਉਹਨਾਂ ਨੇ ਕਰਪੈਨ ਤਾਂ ਨਾ ਵਧਾਉਣੀ ਨਹੀਂ ਉਹ, ਅਤੇ ਕਰਪੈਨ ਨਾ ਤਾਂ ਉਹਨਾਂ ਨੇ ਵਧਾਉਣੀ ਵਧਾਉਣੀ ਨਹੀਂ ਉਹ, ਅਤੇ ਇਸ ਕਰਕੇ ਮੈਂ ਕਿਹਾ ਅਸੀਂ ਸਾਹਮਣੇ ਚਲੋ ਠੀਕ ਆ ਦੋਸਤੋ, ਇੱਥੇ ਮੈਂ ਬਲੌਗ ਦਾ ਐਂਡ ਕਰਦੀ ਹਾਂ, ਕਿਉਂਕਿ ਸਾਡੀ ਜਸਲੀਨ ਉੱਠ ਗਈ ਆ, ਹੁਣ ਉਹਨੂੰ ਮੈਨੂੰ ਦੁੱਧ ਦੁੱਧ ਪਿਲਾਉਣਾ ਪੈਣਾ ਆ, ਅਤੇ ਹੁਣ ਕਿਉਂਕਿ ਉਹ ਠੀਕ ਵੀ ਨਹੀਂ, ਉਹਨੂੰ ਵੀ ਜ਼ੁਕਾਮ ਰੇਸ਼ ਆਇਆ, ਮੇਰੇ ਦੋਨੇ ਕੁੜੀਆਂ ਬਿਮਾਰ ਹੋ ਗਈਆਂ ਆ, ਬਹੁਤ ਸੈਡ ਜਿਹਾ ਮੂਵਮੈਂਟ ਆ ਮਤਲਬ ਕਿ। ਚਲੋ ਠੀਕ ਆ ਦੋਸਤੋ, ਬਾਏ 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 ਕਾਕ ਬਾਏ ਬਾਏ ਸਾਰਿਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰਿਆਂ ਵੱਲੋਂ, ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ, ਨਾਲੇ ਵੀ ਕਰ ਦਿਆ ਕਰੋ ਨੀਚੇ ਲਾਈਕ, ਹਾਂਜੀ ਲਾਈਕ ਵੀ ਕਰ ਦਿਆ ਕਰੋ ਪਲੀਜ਼, ਤੇ ਜੇ ਅਸੀਂ ਕਣਕ ਵੱਢੀ ਤਾਂ ਜ਼ਰੂਰ ਵਲੌਗ ਬਣਾਵਾਂਗੇ। ਬਾਏ।